ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਵੋਗੇ ਤੇ ਆਹ ਵੀਡੀਓ ਬਣਾਉਣ ਦੀ ਲੋੜ ਤਾਂ ਪਈ ਐ ਕਿਉਂਕਿ ਹੁਣ ਆਪਾਂ ਨੂੰ ਹੀ ਇੱਕ ਪਲੈਟਫਾਰਮ ਤੇ ਇਕੱਠਾ ਹੋਣਾ ਪਊਗਾ ਸਾਰਿਆਂ ਨੂੰ ਕਿਉਂਕਿ ਸਰਕਾਰਾਂ ਨੂੰ ਤਾਂ ਬੇਲ ਹੈ ਨਹੀਂ ਆਵੜੀਆਂ ਚੰਨੀ ਸਾਹ ਤੋਂ ਤੁਸੀਂ ਦੇਖੋ ਡਰਾਈਵਰੀ ਕਰਨ ਲੱਗ ਗਏ ਹੁਣ ਤੇ ਉਹ ਤਾਂ ਡਰਾਈਵਰੀ ਦੇ ਵਿੱਚ ਬੀਜੀ ਐ ਤੇ ਦੂਸਰੇ ਜਿਹੜੇ ਨਾਲ ਐਮਐਲਏ ਆ ਉਹਨਾਂ ਦੀਆਂ ਤਰੀਫਾਂ ਕਰਦੇ ਵਿੱਚ ਬੀਜੀ ਐ ਠੀਕ ਐ ਤੇ ਆਮ ਕੈਂਡੀਡੇਟਾਂ ਕੋਲੇ ਕੋਈ ਟਾਈਮ ਨਹੀਂ ਹੈਗਾ ਜਿਨ੍ਹਾਂ ਨੇ ਇਹਨਾਂ ਨੇ ਪਹਿਲੀ ਗੱਲ ਤਾਂ 4 4.5 ਸਾਲਾਂ ਜਿਹਾ ਕੋਈ ਪੋਸਟ ਨਹੀਂ ਕੱਢੀ ਜਿਹੜੋਂ ਹੁਣ ਪੋਸਟ ਕੱਢੀ ਹੈ ਹੁਣ ਪੋਸਟ ਦਾ ਵਿਚਾਰੀ ਦਾ ਦਮ ਘੁੱਟਿਆ ਪਿਆ ਉਦੋਂ ਦਾ ਕੈਂਡੀਡੇਟ ਨੂੰ ਇਹ ਹੈਗਾ ਕਿ ਸਾਡੀ ਸਿਲੈਕਸ਼ਨ ਹੋ ਜੇ ਅਸੀਂ ਕਿਸੇ ਰਾਹ ਲੱਗ ਜੀਏ ਕਿਉਂਕਿ ਜੇ ਮੂਰੇ ਫੇਰੇ ਇਹ ਆ ਗਏ ਜਦੋਂ ਇਹਨਾਂ ਦੇ ਪਾਰਟੀ ਹੁੰਨੀ ਸਰੇ ਜਿਹੜਾ ਇਹ ਚੋਣ ਨਹੀਂ ਫਿਰ 5 ਸਾਲਾਂ ਦੇ ਵਿੱਚ ਵੀ ਹੈ ਨਹੀਂ ਦੂਸਰੇ ਪਾਸੇ ਪੀਟ੍ਰਿਪਸ ਵੀ ਦੇ ਚੇਅਰਮੈਨ ਤੇ ਸੈਕਟਰੀ ਦੇ ਆਪਸ ਦੇ ਵਿੱਚ ਜਿਹੜਾ ਮਤਭੇਦ ਹੈ ਉਹਦੇ ਕਾਰਨ ਕੈਂਡੀਡੇਟਾਂ ਨੂੰ ਨੁਕਸਾਨ ਹੋ ਰਿਹਾ ਹੈ ਇਹ ਜਨਾਨੀਆਂ ਤੋਂ ਟੱਪ ਗਏ ਦੋਨੇ ਮਿਰਨੋ ਮੇਢੀ ਹੋਈ ਜਾਂਦੇ ਇੱਕ ਦੂਜੇ ਨਾਲ ਕਿ ਯਾਰ ਤੁਸੀਂ ਬਾਅਦ ਵਿੱਚ ਆਏ ਕਰਿਓ ਤੁਹਾਨੂੰ ਬਾਅਦ ਖੁੱਲਾ ਟਾਈਮ ਦੇ ਦਾਂਗੇ ਕੁਝ ਮਰਜ਼ੀ ਕਰ ਜਿਓ ਗਲ ਘੋੜ ਜਿਓ ਵਾ ਮੈਂ ਇੱਕ ਦੂਜੇ ਦਾ ਪਰ ਹੁਣ ਸਾਡਾ ਜਿਹੜਾ ਕੈਂਡੀਡੇਟ ਉਹਨਾਂ ਦਾ ਨੁਕਸਾਨ ਕਿਉਂ ਕਰ ਰਹੇ ਹੋ ਯਾਰ ਤੁਸੀਂ ਬੱਚਿਆਂ ਨੂੰ ਵੀ ਟੱਪੇ ਪਾਏ ਬੱਚਿਆਂ ਨੂੰ ਵੀ ਜਿਹੜਾ ਪਤਾ ਸਮਝਾ ਦੇਣਾ ਯਾਰ ਨਾਲ ਲੜੋ ਟਰਾਫੀ ਪਿੱਛੇ ਉਹ ਵੀ ਹਟ ਜਾਂਦੇ ਹੁੰਦੇ ਆ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਕੈਂਡੀਡੇਟ ਜਾਂਦੇ ਆ ਮਿੱਠੀ ਗੋਲੀ ਸੱਟ ਕੇ ਤੋੜ ਦਿੰਦੇ ਆ ਕੈਂਡੀਡੇਟ ਜਾਂਦੇ ਆ ਮਿੱਠੀ ਗੋਲੀ ਸੱਟ ਕੇ ਤੋੜ ਦਿੰਦੇ ਆ ਯਾ ਜੇ ਤੁਸੀਂ ਕੁਛ ਕਰਨੇ ਨਹੀਂ ਫਿਰ ਇਹ ਬੋਰਡ ਹੀ ਬੰਦ ਕਰ ਦਿਓ ਨਾ ਫਿਰ ਜਿੰ ਦੂਸਰੀ ਗੱਲ ਵਿੱਚ ਸਰਕਾਰ ਨੂੰ ਵੀ ਹੈ ਤੇ ਆਪਣੇ ਕੈਂਡੀਡੇਟਾਂ ਨੂੰ ਵੀ ਹੈ ਸਾਰੇ ਜਿੰਨੇ ਟ੍ਰਾਈਪਲ ਬੋਰਡ ਦਾ ਪੇਪਰ ਦਿੱਤਾ ਜੇ ਇਹਨਾਂ ਨੇ ਕੋਈ ਆਪਣਾ ਨਾਮ ਹੱਲ ਕੀਤਾ ਤਾਂ ਤੁਸੀਂ ਵੀ ਇੱਕ ਪਿਓ ਦੇ ਪੁੱਤ ਨਹੀਂ ਹੋਵੋਗੇ ਜਿਹਨਾਂ ਨੂੰ ਵੋਟ ਪਾਉਂਗੇ ਵੋਟ ਦਿਖਾਇਓ ਵੀ ਨਾ ਇਹਨਾਂ ਨੂੰ ਕਹੇ ਜੀ ਹੁੰਦੀ ਐ ਬਸ ਐਲਾਨ ਕਰੀ ਚੱਲਿਓ ਹਾਂਜੀ ਬੋਰਡ ਤੋਂ ਨੂੰ ਪਾਵਾਂਗੇ ਜੋ ਚੰਦੀ ਸਾਹਿਬ ਐਲਾਨ ਕਰਦੇ ਕੰਮ ਕੋਈ ਕਰਦੇ ਨਹੀਂ ਤਾਂ ਉਹ ਕਮਾਦੀ ਵੀ ਆਪਾਂ ਹੋ ਜਾਾਂਗੇ ਹੁਣ ਯਾਰ ਮਜ਼ਾਕ ਬਣਾ ਰੱਖਿਆ ਭਾਰਤਿਕ ਨੂੰ ਇੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਗੱਲਬਾਤ ਨਹੀਂ ਸਿਰੇ ਲਾਈ ਇਹਨਾਂ ਨੇ ਕੁਈ ਮਾਰੇ ਮੋਟੇ ਕੰਨ ਖਿੱਚਣੇ ਨਾ ਦੇਗੀ ਪੋਸਟ ਕਿਉਂ ਨਹੀਂ ਕਰਦੇ ਬਾਈ ਤੁਸੀਂ ਸਾਡਾ ਕਲੀਅਰ ਕਰੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਬਹੁਤ ਸਾਰੇ ਕੈਂਡੀਡੇਟ 3 ਤਰੀਕ ਨੂੰ ਜਾ ਰਹੇ ਨੇ ਆਪਣਾ ਧਰਨਾ ਲਾਉਣ ਵਾਸਤੇ ਟ੍ਰਿਪਲ ਐਸ ਬੀ ਬੋਰਡ ਦੇ ਵਿੱਚ ਉੱਥੇ ਠੀਕ ਹੈ ਜੇ ਕੋਈ ਕੈਂਡੀਡੇਟ ਜਾਣਾ ਚਾਹੁੰਦਾਗਾ ਸਿਰਫ ਉਹੀ ਕੈਂਡੀਡੇਟ ਜੇ ਕੋਈ ਜਾਣਾ ਚਾਹੁੰਦਾ ਠੀਕ ਹੈ ਆਪਦਾ ਨੰਬਰ ਕਮੈਂਟਾਂ ਦੇ ਥੱਲੇ ਛੱਡ ਦਿਓ ਅਸੀਂ ਕੰਟੈਕਟ ਕਰ ਲਾਂਗੇ ਉਹਨਾਂ ਨਾਲ ਠੀਕ ਹੈ ਪਰ ਕਰਿਓ ਉਹੀ ਚਸਕੇ ਲੈਣ ਵਾਲੇ ਨਾਲ ਫੋਨ ਕਰੋ ਵਿੱਚ ਜਿਹੜੇ ਜਾਣਗੇ ਸਿਰਫ ਉਹੀ ਠੀਕ ਹੈ ਤੇ ਕਮੈਂਟਾਂ ਥਲੇ ਨੰਬਰ ਛੱਡ ਦਿਓ ਫਿਰ ਆਪਾਂ ਦੇਖਨੇ ਕੀ ਕਰਨਾਗਾ ਕਿਉਂਕਿ ਇਹਨਾਂ ਦਾ ਸ਼ਰਮ ਲਾ ਰੱਖੀ ਆ ਹੁਣ ਆਪਾਂ ਨੂੰ ਕੁਝ ਕਰਨਾ ਪਊਗਾ ਪੰਜ ਸੱਤ ਤਰੀਕ ਨੂੰ ਚੌੜ ਜਾਮ ਤਾਂ ਲੱਗ ਜਾਣਾ ਮੁੜ ਕੇ ਬਸ ਚੁੱਪ ਕਰਕੇ ਮੁੜ ਕੇ ਕੁਝ ਨਹੀਂ ਰਹਿ ਬਚਣਾ ਆਪਣੇ ਕੋਲੇ ਲੋੜੀ ਆ ਜੂਗੀ ਬਹਿ ਕੇ ਤੂੰ ਇਸੇ ਇਕੱਲੇ ਮੂਫਲਿੰਗਾ ਖਾ ਲਿਓ ਹੋਰ ਕੁਝ ਨਹੀਂ ਰਹਿਣਾ ਆਪਣੇ ਕੋਲੇ ਕਰਨ ਨੂੰ ਆਹੀ ਕੁਝ ਰਹਿਣਾ ਰੋੜਿੰਗਾ ਖਾ ਲਿਆ ਮੂਫਲਿੰਗਾ ਖਾ ਲਿਆ ਤੇ ਕਰਨ ਨੂੰ ਕੰਮ ਕਰਨ ਨੂੰ ਕੁਛ ਨਹੀਂ ਬਚਣਾ ਆਪਣੇ ਕੋਲੇ ਠੀਕ ਹੈ ਮਾੜੇ ਮੋٹے ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਓ ਆਪਾਂ ਸਾਰੇ ਮੇਬੀ ਨਾਲਾ ਤੁਹਾਡੇ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਜੀ ਠੀਕ ਹੈ ਤੇਾਰੇ ਨੰਬਰ ਥਲੇ ਜਰੂਰ ਛੱਡੋ ਕਮੈਂਟਾਂ ਦੇ ਵਿੱਚ ਸਿਰਫ ਉਹੀ ਕੈਂਡੀਡੇਟ ਨੰਬਰ ਦੇਣ ਜਿਹੜੇ ਕੀ ਜਾਣ ਦੇ ਚਾਹਵਾਨ ਆ ਉਥੇ ਠੀਕ ਹੈ ਐਵੇਂ ਕੋ ਕਲੀਅਰ ਫਰਮੇਸ਼ਨ ਆ ਲੈਣ ਵਾਲੇ ਫੋਨ ਨਾ ਕਰੀ ਜਾਣ ਠੀਕ ਹੈ ਜੀ ਧੰਨਵਾਦ